ਜੈ ਪੀਰਾਂ ਦੀ ਸਲਾਮ, ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ। ਮੈਂ ਤੁਹਾਡਾ ਆਪਣਾ ਏ ਬੀ ਕਿੰਗ, ਅਤੇ ਆਹ ਵੀਡੀਓ ਦੇਖੋ ਪਹਿਲੇ ਤੁਸੀਂ, ਫਿਰ ਆਪਾਂ ਗੱਲ ਕਰਦੇ ਹਾਂ। ਆਇਆ ਨਾ ਸਵਾਦ ਪੂਰਾ, ਆਇਆ ਨਾ ਮਜ਼ਾ ਯਾਰ। ਹੋਰ ਬੰਦਾ ਕੀ ਕਰੇ ਪੰਜਾਬੀ ਵਾਸਤੇ, ਪੰਜਾਬੀਆਂ ਵਾਸਤੇ। ਜਗ੍ਹਾ ਜਗ੍ਹਾ ਤੋਂ ਢੰਡੋਰਾ ਪਿੱਟਦਾ ਫਿਰਦਾ, ਪੰਜਾਬੀ ਆ ਗਏ ਓਏ, ਆ ਗਏ ਓਏ, ਆ ਗਏ ਓਏ ਪੰਜਾਬੀ। ਯਾਰ ਕਿੰਨੀ ਮਾਣ ਵਾਲੀ ਗੱਲ ਹੈ ਸਾਡੇ ਸਾਰੇ ਪੰਜਾਬੀਆਂ ਵਾਸਤੇ। ਅਤੇ ਟਰੂਡੋ ਵਰਗਾ ਦੇਖ ਲਓ, ਪ੍ਰਧਾਨ ਮੰਤਰੀ ਕੈਨੇਡਾ ਦਾ, ਪਾਉਂਦਾ ਨਾ ਜੱਫੀਆਂ ਆ ਕੇ ਬੰਦੇ ਨੂੰ, ਪਾਈ ਹੋਈ ਹੈ ਨਾ ਪੂਰੀ ਧੱਕ ਹੁਣ। ਤੇ ਕਈ ਬੰਦੇ ਐਵੇਂ ਰੌਲਾ ਪਾਈ ਜਾਂਦੇ ਆ, ਦਿਲਜੀਤ ਐ, ਦਿਲਜੀਤ ਵੋ, ਏਦਾਂ ਓਦਾਂ ਹੈ। ਹੁਣ ਵੀ ਪਾਓ ਰੌਲਾ। ਯਾਰ ਮੈਂ ਕਿੰਨੀ ਵਾਰੀ ਕਿਹਾ ਕਿ ਉਹ ਬੰਦਾ ਨੀ ਰੁਕਣ ਵਾਲਾ ਹੁਣ, ਹੈ ਨਾ। ਧੱਕ ਪਾਈ ਜਾਂਦਾ ਪੂਰੀ, ਚੱਕੀ ਜਾਂਦਾ ਫੱਟੇ ਉਹ। ਤੇ ਬਈ ਪੰਜਾਬੀ ਬੰਦੇ ਖਾਸ ਕਰਕੇ ਯਾਰ ਉਹਦੀ ਬੁਰਾਈ ਨਾ ਕਰਿਆ ਕਰੋ। ਕਈ ਵਾਰੀ ਬੰਦੇ ਕੇ ਵੀ ਆ ਪੱਗ ਪਤਾ ਨਹੀਂ ਬੰਨਦਾ ਨਹੀਂ ਉਹ ਜੀ, ਵਾਲ ਕੱਟੇ ਹੋਏ ਨੇ ਜੀ, ਉਹ ਫਿਲਮ ਦੇ ਵਿੱਚ ਉਹਨੇ ਪੱਗ ਉਤਾਰਤੀ ਇਹ ਉਹ। ਯਾਰ ਉਹ ਇੱਕ ਆਰਟਿਸਟ ਆ, ਉਹਨੇ ਤਾਂ ਇਹ ਕੰਮ ਕਰਨੇ ਹੀ ਕਰਨੇ ਆ, ਹੈ ਨਾ। ਟੋਪੀ ਆਪਾਂ ਸਿੱਧੀ ਕਰ ਲਈ ਆ ਹੁਣ, ਹੈ ਨਾ, ਪਹਿਲੇ ਟੇਢੀ ਸੀਗੀ, ਅਤੇ ਸਿੱਧੀਆਂ ਗੱਲਾਂ ਕਰਨੀਆਂ ਆਪਾਂ। ਉਹਦਾ ਬਣਦਾ ਹੱਕ ਆ ਯਾਰ, ਅਤੇ ਉਹਨੇ ਇਹ ਸਭ ਮਿਹਨਤ ਦੇ ਨਾਲ ਪਾਇਆ ਯਾਰ, ਐਵੇਂ ਨਹੀਂ ਜੱਫੀਆਂ ਪਾਉਂਦੇ ਐਡੇ ਵੱਡੇ ਵੱਡੇ ਬੰਦੇ ਉਹਨੂੰ, ਹੈ ਨਾ। ਅਤੇ ਜਿਹੜੇ ਉਹਦੀ ਬੁਰਾਈ ਕਰਦੇ ਆ, ਜਿਹੜੇ ਉਹਦੇ ਖਿਲਾਫ ਬੋਲਦੇ ਆ, ਭਾਈ ਤੁਸੀਂ ਵੀ ਮਿਹਨਤ ਕਰੋ ਤੇ ਪਾਓ ਜੱਫੀਆਂ ਤੁਸੀਂ ਵੀ। ਤੁਹਾਨੂੰ ਵੀ ਆ ਕੇ ਬੰਦੇ ਸਟੇਜ ਦੇ ਉੱਤੇ ਆ ਕੇ ਇਸੇ ਤਰ੍ਹਾਂ ਜੱਫੀਆਂ ਪਾਉਣਗੇ, ਹਨ। ਤੇ ਮਚਣ ਵਾਲੇ ਹੋ ਤੁਸੀਂ ਤਾਂ ਮਚਦੇ ਰਹਿਣਾ, ਹਨਾ। ਅਗਲਾ ਬੰਦਾ ਆਪਣਾ ਕੰਮ ਕਰੀ ਜਾਂਦਾ ਕਰੀ ਜਾਂਦਾ ਕਰੀ ਜਾਂਦਾ, ਤੇ ਉਹ ਚੜ੍ਹਾਈਆਂ ਜਿਹੜੀਆਂ ਹੁੰਦੀਆਂ ਚੜ੍ਹੀ ਜਾਂਦਾ ਚੜ੍ਹੀ ਜਾਂਦਾ ਚੜ੍ਹੀ ਜਾਂਦਾ ਬੁਲੰਦੀਆਂ ਤੇ। ਸਿੱਖੋ ਕੁਝ, ਉਦਾਂ ਦਾ ਕਰਨ ਦੀ ਕੋਸ਼ਿਸ਼ ਕਰੋ। ਮੇਰੇ ਵੱਲੋਂ ਤਾਂ ਭਾਈ ਹਮੇਸ਼ਾ ਦੁਆਵਾਂ ਨੇ ਇਹੋ ਜਿਹੇ ਬੰਦਿਆਂ ਨੂੰ ਜਿਹੜੇ ਮਿਹਨਤੀ ਨੇ, ਅਤੇ ਹਮੇਸ਼ਾ ਹੀ ਉਹਨਾਂ ਨੂੰ ਬਾਬਾ ਜੀ ਚੜ੍ਹਦੀ ਕਲਾ 'ਚ ਰੱਖਣ, ਅਤੇ ਐਸੇ ਤਰੀਕੇ ਨਾਲ ਹੀ ਬੰਦਾ ਨੱਚਦਾ ਰਹੇ, ਟੱਪਦਾ ਰਹੇ ਅਤੇ ਤਰੱਕੀਆਂ ਕਰਦਾ ਰਹੇ, ਪੰਜਾਬੀਆਂ ਦਾ ਮਾਣ ਵਧਾਉਂਦਾ ਰਹੇ। ਵੈਲ ਡਨ, ਚੱਕੀ ਚੱਲ ਫੱਟੇ। ਸਤਿ ਸ਼੍ਰੀ ਅਕਾਲ, ਬਾਏ ਬਾਏ।